ਸਿਮਰਜੀਤ ਬੈਂਸ ਨੇ ਰੋਸ ਮਾਰਚ ਲਈ ਲੋਕਾਂ ਨੂੰ ਕੀਤਾ ਜਾਗਰੂਕ। 8 ਦਸੰਬਰ ਤੋਂ 16 ਦਸੰਬਰ ਤੱਕ ਕੱਢੇ ਜਾ ਰਹੇ ਰੋਸ ਮਾਰਚ ਲਈ ਲੋਕ ਇਨਸਾਫ ਪਾਰਟੀ ਦੇ ਪ੍ਰਮੁੱਖ ਸਿਮਰਜੀਤ ਸਿੰਘ ਬੈਂਸ ਨੇ ਸੰਗਰੂਰ ਦੇ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਇਹ ਰੋਸ ਮਾਰਚ ਕੈਪਟਨ ਸਰਕਾਰ ਨੂੰ ਕੀਤੇ ਵਾਅਦੇ ਯਾਦ ਕਰਵਾਉਣ ਲਈ ਕੱਢਿਆ ਜਾ ਰਿਹਾ ਹੈ। 8 ਤਰੀਕ ਤੋਂ 16 ਤਰੀਕ ਤੱਕ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕਰਨ ਵਾਲੇ ਦੋਸ਼ੀ ਅੱਜ ਤੱਕ ਬਣਿਆ ਹੋ, ਨਿਹੱਥੀ ਸੰਗਤ ਦੇ ਉੱਤੇ ਗੋਲੀਆਂ ਚਲਾਉਣ ਵਾਲੇ ਦੋਸ਼ੀਆਂ ਦਾ ਬਣਿਆ ਹੋ, ਕਿਸਾਨਾਂ ਦੇ ਕਰਜ਼ਿਆਂ ਦੇ ਉੱਤੇ ਲਕੀਰ ਵੱਜਣੀ ਸੀ, ਦਲਿਤਾਂ ਦੀਆਂ ਦਿੱਕਤਾਂ ਦੂਰ ਕਰਨ ਵਾਸਤੇ ਉਹਨਾਂ ਦੇ ਕਰਜ਼ੇ ਮਾਫ ਹੋਣੇ ਸੀ। ਅੱਜ ਕਿਸਾਨ, ਦਲਿਤ, ਮਜ਼ਦੂਰ ਸਾਰੇ ਦੁਖੀ ਆ। ਹਰ ਘਰ ਦੇ ਵਿੱਚ ਨੌਕਰੀ ਦੇਣੀ ਸੀ ਅਤੇ ਅੱਜ ਰੁਜ਼ਗਾਰ ਕਿਹਨੂੰ ਦਿੱਤਾ? ਹੱਥਾਂ ਦੇ ਵਿੱਚ ਡਿਗਰੀਆਂ ਅਤੇ ਡਿਪਲੋਮੇ ਫੜ ਕੇ ਬੇਰੁਜ਼ਗਾਰ ਗਲੀਆਂ 'ਚ ਗੇੜੇ ਕਰਦੇ ਫਿਰਦੇ। ਇਹ ਗੱਲਾਂ ਯਾਦ ਕਰਵਾਉਣ ਲਈ ਸਾਡੇ ਕੋਲ ਸਾਧਨ ਨਹੀਂ ਹੈਗੇ, ਸਾਡੇ ਕੋਲ ਅਖਬਾਰਾਂ ਨੂੰ ਫੁੱਲ ਪੇਜ ਇਸ਼ਤਿਹਾਰ ਦੇਣ ਲਈ ਪੈਸੇ ਨਹੀਂ ਹੈਗੇ, ਅਸੀਂ ਖੁਦ ਲੋਕਾਂ ਦੇ ਘਰਾਂ 'ਚ ਜਾਵਾਂਗੇ। ਇਹ ਰੋਸ ਮਾਰਚ ਜਿਹੜਾ ਇਸੇ ਕਰਕੇ ਪਿੰਡਾਂ 'ਚੋਂ ਦੀ ਕਰਿਆ ਵੀ ਅਸੀਂ ਹਰ ਪਿੰਡ ਦੇ ਜਵਾਨਾਂ ਨੂੰ, ਬਜ਼ੁਰਗਾਂ ਨੂੰ, ਭੈਣਾਂ ਮਾਵਾਂ ਨੂੰ ਬੇਨਤੀ ਕਰਾਂਗੇ, ਜਾਗਰੂਕ ਹੋਵੋ। ਕਿੰਨੀ ਕੁ ਦਿਨ ਤੁਸੀਂ ਇਹਨਾਂ ਤੋਂ, ਆਪਾਂ ਪੰਜਾਬ ਦੇ ਲੋਕ ਕਿੰਨੀ ਕੁ ਵਾਰੀ ਇਹਨਾਂ ਦਾ ਆਪਾਂ ਦੇਖਣਾ, 1947 ਤੋਂ ਲੈ ਕੇ ਉੱਤਰ ਕੱਟੋ, ਮੈਂ ਕਿਹੜਾ ਲੋਕਾਂ ਨੂੰ ਲਾਮਬੰਦ ਕਰਾਂਗੇ ਵੀ ਸੰਭਲੋ,